ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਤਿਕਾਰ ਕਰਦੇ ਹਾਂ, ਪਰ ਉਹਨਾਂ ਨੂੰ ਕੱਲ੍ਹ ਵਾਪਸ ਜਾਣਾ ਪਿਆ ਹੈ। ਸਾਨੂੰ ਅਫਸੋਸ ਹੈ, ਮੈਂ ਖੁਦ ਮੋਦੀ ਨੂੰ ਰਿਸੀਵ ਕਰਨ ਜਾਣਾ ਸੀ। ਮੈਂ ਕੋਰੋਨਾ ਪੋਜ਼ਿਟਿਵ ਲੋਕਾਂ ਦੇ ਸੰਪਰਕ ਵਿੱਚ ਸੀ, ਇਸ ਕਰਕੇ ਨਹੀਂ ਗਿਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੜਕ ਜ਼ਰੀਏ ਜਾਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀ। ਉਹਨਾਂ ਵੱਲੋਂ ਮੌਕੇ 'ਤੇ ਰਸਤੀ ਮਾਰਗ ਅਪਣਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਸੁਰੱਖਿਆ ਦੀਆਂ ਅਣਗਹਿਲੀਆਂ ਦੇ ਦੋਸ਼ਾਂ 'ਤੇ ਚੰਨੀ ਨੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੋਈ ਵੀ ਅਣਗਹਿਲੀ ਨਹੀਂ ਵਰਤੀ ਗਈ ਅਤੇ ਨਾ ਹੀ ਕੋਈ ਉਹਨਾਂ 'ਤੇ ਹਮਲਾ ਹੋਇਆ ਹੈ। ਉਹਨਾਂ ਨੂੰ ਕੋਈ ਵੀ ਖਤਰਾ ਨਹੀਂ ਸੀ ਅਤੇ ਸੁਰੱਖਿਆ 'ਚ ਕੋਈ ਲਾਪਰਵਾਹੀ ਨਹੀਂ ਹੋਈ। ਸੁਰੱਖਿਆ ਦੀ ਜ਼ਿੰਮੇਵਾਰੀ SPJ ਨੇ ਸੰਭਾਲੀ ਸੀ ਅਤੇ ਗ੍ਰਹਿ ਮੰਤਰਾਲੇ ਦੀ ਸਿੱਧੀ ਨਜ਼ਰ ਸੀ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਹੋਵੇਗਾ ਤਾਂ ਮੈਂ ਪਹਿਲਾਂ ਆਪਣਾ ਖੂਨ ਡੋਲ ਦਿੰਦਾ। ਚੰਨੀ ਨੇ ਕਿਹਾ ਕਿ ਸੁਰੱਖਿਆ ਦੇ ਮੁੱਦੇ 'ਤੇ ਕੋਈ ਵੀ ਰਾਜਨੀਤੀ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ 'ਚ ਕੋਈ ਵੀ ਅਫਸਰ ਸਸਪੈਂਡ ਨਹੀਂ ਕੀਤਾ ਗਿਆ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਏਅਰਪੋਰਟ 'ਤੇ ਅਫਸਰਾਂ ਨੂੰ ਦਿੱਤੇ ਗਏ ਬਿਆਨ ਸੰਬੰਧੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਕੁਝ ਗੁੱਸੇ 'ਚ ਕਹਿ ਵੀ ਦਿੱਤਾ ਤਾਂ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ। ਮੈਂ ਸਗੋਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਆਉਣ ਦਾ ਸੱਦਾ ਦਿੰਦਾ ਹਾਂ। ਸੋ ਇਸ ਹੁਣ ਤੱਕ ਦੀ ਵੱਡੀ ਖਬਰ, ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ। ਡਰੱਗ ਮਾਮਲੇ 'ਚ ਫਸੇ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਵੀ ਅਦਾਲਤ ਤੋਂ ਗਾਓ ਜ਼ਮਾਨਤ 'ਚ ਰਾਹਤ ਨਹੀਂ ਮਿਲੀ ਹੈ। ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅੱਜ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 8 ਜਨਵਰੀ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ। ਡਰੱਗ ਕੇਸ ਵਿੱਚ ਫਸੇ ਮਜੀਠੀਆ ਦੀ ਅਗਾਓ ਜ਼ਮਾਨਤ 'ਤੇ ਸੁਣਵਾਈ ਦੌਰਾਨ ਮਜੀਠੀਆ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਹਾਜ਼ਰ ਹੋਏ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਚਿੰਦਰ ਬਰਮ ਪੇਸ਼ ਹੋਏ। ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਲਗਭਗ 1.5 ਘੰਟਾ ਹੋਈ, ਜਿਸ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ 8 ਜਨਵਰੀ ਤੱਕ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਅੱਜ ਵੀ ਮਜੀਠੀਆ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਮਾਮਲੇ ਵਿੱਚ ਹੁਣ ਅਗਲੀ ਤਰੀਕ 10 ਜਨਵਰੀ 'ਤੇ ਨਿਸ਼ਚਿਤ ਕੀਤੀ ਹੈ। ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ਼ 20 ਦਸੰਬਰ ਨੂੰ ਮੋਹਾਲੀ ਵਿੱਚ NDPS ਐਕਟ ਤਹਿਤ FIR ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਮਜੀਠੀਆ ਨੇ ਪਹਿਲਾਂ ਮੋਹਾਲੀ ਦੀ ਹੇਠਲੀ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਹੇਠਲੀ ਅਦਾਲਤ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਮਜੀਠੀਆ ਨੇ ਹੁਣ ਹਾਈਕੋਰਟ ਵਿੱਚ ਅਗਾਓ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਪੰਜਾਬੀ ਏਕਤ ਜਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੰਤਰੀਆਂ ਦੀ ਸਵਾਲ ਉਠਾ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਮੰਤਰੀਆਂ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਮੰਗਲਵਾਰ ਨੂੰ ਪੰਜਾਬ ਦੇ 4 ਕੈਬਨਿਟ ਮੰਤਰੀ ਦਿੱਲੀ ਦਰਬਾਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਕਾਂਗਰਸ ਜਨਰਲ ਸਕੱਤਰ KC ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਮੰਤਰੀ ਪ੍ਰਗਟ ਸਿੰਘ, ਅਮਰਿੰਦਰ ਸਿੰਘ, ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਮੌਜੂਦ ਰਹੇ। ਇਸ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ਵੱਲੋਂ ਕੀਤੀ ਜਾ ਰਹੀ ਬੇਵਜ੍ਹਾ ਦੀ ਬਿਆਨਬਾਜ਼ੀ ਨੂੰ ਪਾਰਟੀ ਲਈ ਘਾਤਕ ਕਰਾਰ ਦਿੱਤਾ ਹੈ। ਰੰਧਾਵਾ ਅਤੇ ਆਸ਼ੂ ਪਿਛਲੇ ਦਿਨੀ ਸਿੱਧੂ ਖਿਲਾਫ਼ ਜਨਤਕ ਤੌਰ 'ਤੇ ਸਿੱਧਾ ਹਮਲਾ ਬੋਲ ਚੁੱਕੇ ਹਨ। ਰੰਧਾਵਾ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਜਦੋਂ ਤੋਂ ਉਹ ਗ੍ਰਹਿ ਮੰਤਰੀ ਬਣੇ ਹਨ ਉਦੋਂ ਤੋਂ ਸਿੱਧੂ ਨਾਰਾਜ਼ ਹਨ। ਜੇਕਰ ਸਿੱਧੂ ਗ੍ਰਹਿ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦੇਣਗੇ। ਉੱਥੇ ਹੀ ਆਸ਼ੂ ਨੇ ਕਿਹਾ ਕਿ ਸਿੱਧੂ ਨੂੰ ਕਾਂਗਰਸ ਦਾ ਸੱਭਿਆਚਾਰ ਸਿੱਖਣਾ ਚਾਹੀਦਾ ਹੈ। ਉੱਧਰ ਵੇਣੂਗੋਪਾਲ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਹੈ ਕਿ ਛੇਤੀ ਹੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦੌਰੇ ਨੂੰ ਰੱਦ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਇਸ ਰੈਲੀ ਨੂੰ ਰੱਦ ਕਰਨ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਇੰਤਜ਼ਾਮਾਂ ਵਿੱਚ ਕਮੀ ਨੂੰ ਦੱਸਿਆ ਹੈ। ਇਸ ਤੋਂ ਬਾਅਦ ਉਹ ਬਠਿੰਡਾ ਏਅਰਪੋਰਟ ਵੱਲ ਵਾਪਸ ਪਰਤ ਗਏ। ਬਠਿੰਡਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉੱਥੋਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ CM ਚੰਨੀ ਦਾ ਧੰਨਵਾਦ ਕਹਿਣਾ ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਮੁੜ ਆਇਆ ਹਾਂ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਮੋਦੀ ਨੇ ਇਹ ਗੱਲ ਅਧਿਕਾਰੀਆਂ ਨੂੰ ਕਹੀ ਹੈ। ਦੱਸ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦੌਰੇ ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਜ ਫਿਰੋਜ਼ਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ। ਵਾਪਸੀ ਦੌਰਾਨ ਵੀ PM ਮੋਦੀ 15-20 ਮਿੰਟ ਫਲਾਈਓਵਰ 'ਤੇ ਫਸੇ ਰਹੇ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ਤੋਂ ਇਸ ਬਾਰੇ ਰਿਪੋਰਟ ਤਲਬ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਰੈਲੀ ਰੱਦ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੀ ਵਿਵਸਥਾ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਰਾਹ ਵਿੱਚ ਕਈ ਪ੍ਰਦਰਸ਼ਨਕਾਰੀ ਖੜ੍ਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਢੱਲ ਮੱਠ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਪ੍ਰਤੀਕਿਰਿਆ
सामने आई है। कैप्टन अमरिंदर सिंह ने पंजाब विच राष्ट्रपति राज लागू करने की मांग की है। कैप्टन ने देश के राष्ट्रपति नूं तुरंत पंजाब विच राष्ट्रपति राज लागू करने लई आख्या है। कैप्टन ने कहा कि पंजाब नूं सुरक्षित रखने लई सूबे विच राष्ट्रपति राज लागू होना बेहद जरूरी है। कैप्टन ने कहा कि जेकर तुसीं अपने प्रधानमंत्री की सुरक्षा नहीं कर सकते हो तो तुहानूं सत्ता विच रहण का कोई हक नहीं है। प्रधानमंत्री नरेंद्र मोदी अज यानी कि बुधवार नूं पंजाब दौरे ते आए सन। फिरोजपुर च उन्हां ने रैली नूं संबोधन करना सी ते विकास प्रोजैक्टां दा नींह पत्थर रखना सी, पर सुरक्षा कारणां च अणगहली कारण उन्हां दा फिरोजपुर दौरा रद्द करना पिया। प्रधानमंत्री नूं वापस दिल्ली मुड़ना पिया। प्रधानमंत्री जदों बठिंडा हवाई अड्डे ते पहुंचे तां उन्होंने हवाई अड्डे दे अधिकारियों नूं जो कहा ओह हैरान करन वाला सी। प्रधानमंत्री ने कहा कि तुसीं अपने मुख्यमंत्री नूं धन्नवाद कहना कि मैं जिंदा परत आया हाँ। न्यूज एजेंसी ANI नाल गलबात करदिआं अधिकारी ने दस्सिआ कि प्रधानमंत्री नरेंद्र मोदी इस घटना तों काफ़ी नाराज़ हन। उन्होंने पंजाब के मुख्यमंत्री चरण सिंह चन्नी ते निशाना बिन्नदा कहा कि अपने CM नूं धन्नवाद कहना कि मैं हवाई अड्डे ते जिंदा परत सकिआ हाँ। सो इस हुण तक दी वड्डी खबर, होर खबरां देखण लई साडे चैनल नाल बने रहो। धन्नवाद। अचानक कुछ एजिटेटर अजे पता लगना कि कौन बंदे सी आगे बैठे उन्होंने, लेकिन उन्हां तक तो काफी पिछे प्राइम मिनिस्टर साहब दीआं गड्डियां नूं रोक के साडे अफसर ने रिक्वेस्ट कीती है कि अगे एजिटेशन वाले बंदे कुछ आगे ट्रालियां खड़ियां कर लिया उन्होंने, आपां नूं बेहतर है कि वापस जाके कोई होर आल्टरनेटिव रास्ता या हेलीपैड ते चलिए आपां वापस जाना चाहिए। किसे तरह भी कोई अटैक वाली या प्रधानमंत्री जी नूं खतरे वाली गल सिक्योरिटी लैप्स वाली गल नहीं हुई है। ये एजिटेशन पंजाब दे विच चोणा आ रही है, रोज मेरे नाल भी हुंदे है। हर स्टेट दे विच जदों चोणा आउंदियां डेमोक्रेटिक सिस्टम है, कोई ना कोई सड़क ते आके बैठ जांदा है, इहदे विच हो जांदा है। रात भी मेरे पुलिस वालियां ने मैनूं कई बार टेलीफोन कीते कि जी असीं लाठीचार्ज करके इन्हां नूं पासे कर दईए, अरेस्ट कर लईए। मैं कहा नहीं, नैगोशिएट करके मनाओ, इन्हां नूं मनाओ किसे तरह भी। अल्टीमेटली असीं रात भी कामयाब होए आ उन्हां नूं पासे करन दे विच, मनाउण दे विच। इहदे विच खतरे वाली कोई गल नहीं होई, प्रधानमंत्री जी ते कोई हमला नहीं होया, ना ही इदां दी कोई सोच होई है। पहला भी किसान एजिटेशन दिल्ली दे विच इक साल चलिया, उत्थे भी किसान बैठे रहे है। उन्हां दीआं भी कुछ मंगां सी जिहड़ियां साल बाद मन हुईआं ते उन्हां ने पीसफुली उत्थों करना चक लिया। अज भी जे कोई पीसफुल प्रोटेस्ट रास्ते दे विच करना आ गया तां इहदे इस नूं प्रधानमंत्री दी सिक्योरिटी दे नाल या उन्हां नूं कोई खतरे दे नाल नहीं जोड़िया जाना चाहीदा। ये बिल्कुल गलत है कि प्रधानमंत्री जी जब पंजाब में आए तो उनकी सिक्योरिटी लैंसेज दिखाकर उनको खतरे के साथ कोई जोड़ा जा रहा है। ये राजनीति इसमें नहीं होनी चाहिए। वी हैव एवरी रिस्पेक्ट फॉर अवर प्राइम मिनिस्टर। कोई भी ऐसी बात नहीं हुई कि उनकी शान में या उनकी सिक्योरिटी को कोई खतरा हुआ हो। पंजाब सरकार, पंजाब पुलिस इसमें सक्षम है। ये इस कारण हुआ कि हेलीपैड से हेलीकॉप्टर पे जाना था, अचानक प्रोग्राम सड़क पे जाने का बनाया गया जो कि प्रोग्राम में नहीं था, पहले से नहीं था। फिर भी आगे एजिटेटर बैठे हैं, पीछे काफी पीछे गाड़ियां रोककर बता दिया गया कि आगे एजिटेशन वाले एकदम सड़क पे आकर बैठ गए। अब सड़क पे एकदम कोई ट्राली लगाकर बैठ जाए उसको हटाने में 10-15-20 मिनट आधा घंटा लग जाता है। इसलिए सेफ साइड के लिए प्रधानमंत्री जी को बोला गया कि आप पीछे आ जाएं, हम अदर रूट या बाई हेलीपैड आपको ले चलते हैं, लेकिन उन्होंने वापस जाने का फैसला किया। सो मैं पंजाब सरकार की तरफ से आपको क्लियर करने आया हूं कि इसमें किसी भी तरह का कोई खतरे वाली बात नहीं थी, ना ही हुई है। टोटली एक पीसफुल एजिटेटर आकर अचानक सड़क पे बैठ गए, जिस सड़क पे हमारा जाने का कोई प्रोग्राम नहीं था। प्रोग्राम हेलीपैड के साथ जाने, हेलीकॉप्टर पे जाने का था, और किसी तरह भी किसी तरह का कोई खतरा यहाँ नहीं है और ना ही था, ना ही प्रधानमंत्री जी को ऐसा हुआ है। लेकिन फिर भी प्रधानमंत्री जी को या उन्होंने अपने तरफ तरीके से उनकी टीम ने फैसला वापस जाने का ले लिया,
जबकि हेलीकॉप्टर से जा सकते थे, अदर रूट से भी जा सकते थे, लेकिन वो वापस गए हैं। हमें इस चीज का खेद है, हमें पीड़ा है। हम अपने प्रधानमंत्री जी को पूरा सत्कार और प्यार देते हैं और देते रहेंगे। बीजेपी के जो नेता प्रेस कॉन्फ्रेंस करके सरकार को या रिलेशन खराब करने की बात कर रहे हैं, ऐसी बात मत करें। ये पॉलिटिक्स नहीं है, हम राजनीति इसी बातों में नहीं करते हैं। अगर प्रधानमंत्री जी हमारे आएंगे तो कुछ देकर ही जाएंगे पंजाब को, और हम चाहते हैं। मेरा लेक्चर तैयार पड़ा था, मैं बीसी पे इंतजार कर रहा था उनको बोलने के लिए कि प्रधानमंत्री जी ने आना है। मैंने 100 कुछ सोचा था उनको जी आया कहने के लिए, उनको वेलकम करने के लिए। मैंने 100 कुछ सोचा था उनसे मांगने के लिए पंजाब के लिए। हमारी ऐसी सोच नहीं है। अगर ये कोई बीजेपी का नेता अगर ऐसी बात करता है, ये राजनीति है, राजनीति मत करें। किसान एजिटेशन पे है, आज से नहीं है, एक साल से है। किसानों की कुछ डिमांडे हैं। मैं अपने पंजाब के लोगों पे गोलियां या लाठियां नहीं चलाने वाला। प्यार से मैंने रात पूरी रात लगाकर उनको सड़क से उठाया, और वो मोटिवेट होकर मेरी बात मानकर या सरकार की बात मानकर बीजेपी के नेताओं की बात मानकर प्रधानमंत्री से मिलने के आश्वासन के बाद उठ गए। उसके बाद कोई एजिटेशन नहीं था। इस रोड पे हमारा रूट प्लान नहीं था। अचानक कुछ लोग आकर बैठ गए हैं और उनको उठाया प्यार से जा सकता था। कोई किसी तरह का खतरा या हमला नहीं हुआ है। तो फिर भी जो सिक्योरिटी लैप्सेस हुए हैं, अगर ये है तो हम इसकी इंक्वायरी भी कराने के लिए तैयार हैं और कराएंगे।